ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਵੱਡੇ ਸਾਹਿਬਜ਼ਾਦੇ, ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਆ ਰਿਹਾ ਹੈ। ਸੋ ਸਤਿਗੁਰ ਦੀ ਮਿਹਰ ਸਦਕਾ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਦੀ ਕੁਝ ਸਿਫਤ ਔਰ ਕੁਝ ਉਹਨਾਂ ਦਾ ਇਤਿਹਾਸ ਸੰਗਤ ਦੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ। ਬੜੇ ਪਿਆਰ ਸਤਿਕਾਰ ਨਾਲ ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਜੀਵਨ ਬਾਰੇ ਕੁਝ ਇਤਿਹਾਸ ਜੋ ਸੱਚ ਹੈ ਉਹ ਆਪਣੇ ਸਰਵਣ ਕਰਨਾ ਹੈ ਔਰ ਬਾਣੀ ਸੁਣ ਕੇ ਇਤਿਹਾਸ ਸਰਵਣ ਕਰਕੇ ਬਾਬਾ ਜੀ ਦੇ ਦੱਸੇ ਪੂਰਨਾਂ 'ਤੇ ਆਪਾਂ ਚੱਲਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਨਾਨਕ ਦਾ ਪੁੱਤਰ ਕਹਾਇਆ, ਸੁਲਤਾਨਪੁਰ ਨੂੰ ਭਾਗ ਸੀ ਲਾਇਆ। ਨਾਨਕ ਦਾ ਪੁੱਤਰ ਕਹਾਇਆ, ਸੁਲਤਾਨਪੁਰ ਨੂੰ ਭਾਗ ਸੀ ਲਾਇਆ। ਚਰਨਾਂ ਤੋਂ ਵਾਰੇ ਵਾਰੇ ਜਾਵਾਂ, ਤੇਰੇ ਰੰਗਾਂ ਦਾ ਭੇਤ ਨਾ ਪਾਇਆ। ਕਿਧਰੇ ਕੀਤਾ ਜੀਂਦਾ ਮਰਿਆ, ਕਿਧਰੇ ਪੱਥਰ ਰਾਵੀ ਤਰਿਆ। ਕਿਧਰੇ ਕੀਤਾ ਜੀਂਦਾ ਮਰਿਆ, ਕਿਧਰੇ ਪੱਥਰ ਰਾਵੀ ਤਰਿਆ। ਜਿੰਦੜੀ ਕੋਲ ਕਮਾਵਾਂ, ਜਹਾਂਗੀਰ ਨੇ ਕੱਢੇ ਹਾੜੇ। ਕੰਬਲੀ ਨੇ ਜਦ ਨੈਣੇ ਉਗਾੜੇ,
ਜਹਾਂਗੀਰ ਨੇ ਕੱਢੇ ਹਾੜੇ, ਕਹਿੰਦਾ ਚਰਨੀ ਫੁੱਲ ਬਖਸ਼ਾਵਾਂ। ਭਗਤ ਗਿਰੀ ਨੇ ਪਾਈ ਯਾਰੀ, ਬਾਬਾ ਉਸ ਦੀ ਪੈਜ ਸਵਾਰੀ। ਭਗਤ ਗਿਰੀ ਨੇ ਪਾਈ ਯਾਰੀ, ਜੋਗੀ ਉਸ ਦੀ ਪੈਜ ਸਵਾਰੀ। ਇਸ ਕਿਸ ਦਾ ਨਾਮ ਸੁਣਾਵਾਂ, ਤੇਰੇ ਰੰਗਾਂ ਦਾ ਭੇਤ ਨਾ ਪਾਇਆ। ਵਾਹ 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 ਵਾਹ, ਧੰਨ ਬਾਬਾ ਸ਼੍ਰੀ ਚੰਦ ਜੀ। ਰਾਮ ਨੇ ਅਰਜ ਗੁਜ਼ਾਰੀ, ਬਾਰ ਬਾਰ ਜਾਊਂ ਬਲਿਹਾਰੀ। ਭਗਤ ਰਾਮ ਨੇ ਅਰਜ ਗੁਜ਼ਾਰੀ, ਬਾਰ ਬਾਰ ਜਾਊਂ ਬਲਿਹਾਰੀ। ਸੰਧੂ ਵਾਂਗੂ ਮੈਂ ਮਾਗਾਂ ਮਾਂ, ਚੁੱਕ ਚੁੱਕ ਸੀਸਨ ਵਾਵਾਂ। ਸ਼੍ਰੀ ਚੰਦਰ ਪਿਆਰੇ ਨੂੰ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਜਤੀ ਸਤੀ ਬਾਲ ਬ੍ਰਹਮਚਾਰੀ। ਧੰਨ ਧੰਨ ਸਾਹਿਬ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ, ਜਿਨ੍ਹਾਂ ਦਾ ਜਨਮ ਅੱਜ ਦੁਨੀਆ ਦੇਸ਼ ਭਰ ਘਰ ਘਰ ਵਿੱਚ ਮਨਾ ਰਹੀ ਹੈ। ਸ਼੍ਰੀ ਚੰਦਰ ਨੌਮੀ ਦਾ ਮਹਾਨ ਮਹਾਂਉਤਸਵ ਪ੍ਰਭੂ ਹੈ। ਅੱਜ ਦੇ ਹੀ ਮੰਗਲਮਈ ਦਿਨ ਸੁਭਾਗਸ਼ਾਲੀ ਭਾਰਤ ਭੂਮੀ 'ਤੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਨੇ ਜਨਮ ਧਾਰਿਆ। ਸਤਿਗੁਰੂ ਬਾਬਾ ਸ਼੍ਰੀ ਚੰਦਰ ਮਹਾਰਾਜ ਜਨਮ ਸਮੇਂ ਕੰਨ ਦੇ ਵਿੱਚ ਮਾਸ ਦਾ ਮੁੰਦਰਾ, ਸੁਨਹਿਰੀ ਬਾਂਵਰੀਆਂ, ਤੇੜ ਤੜਾਗਾ, ਗਲ 'ਚ ਜਨੇਹੂ। ਸਤਿਗੁਰੂ ਬਾਬਾ ਸ਼੍ਰੀ ਚੰਦਰ ਮਹਾਰਾਜ ਸੁਨਹਿਰੀ ਬਾਂਵਰੀਆਂ ਵਾਲੇ ਸਤਿਗੁਰੂ, ਜਿਨ੍ਹਾਂ ਨੇ ਸੁਲਤਾਨਪੁਰ ਵਿਖੇ ਜਨਮ ਧਾਰਿਆ। ਜਨਮ ਸਮੇਂ ਅਨੇਕਾਂ ਸੂਰਜਾਂ ਦੀ ਰੌਸ਼ਨੀ ਹੋਈ, ਹਰ ਪਾਸੇ ਜੈ ਜੈਕਾਰ ਹੋਈ। ਬੇਬੇ ਨਾਨਕੀ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਵਧਾਈਆਂ ਦਿੱਤੀਆਂ ਕਿ ਆਪ ਜੀ ਦੇ ਘਰ ਬੜਾ ਸੁੰਦਰ, ਬੜਾ ਸੋਹਣਾ, ਜਿਹਦਾ ਚਿਹਰਾ ਨੂਰਾਨੀ ਅੱਲਾ ਦਾ ਨੂਰ ਹੈ। ਕਿਉਂਕਿ ਬੇਬੇ ਨਾਨਕੀ ਨੇ ਹੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਹਿਲਾਂ ਪਹਿਚਾਣਿਆ ਕਿ ਰੱਬ ਦਾ ਰੂਪ ਹੈ। ਇਸੇ ਤਰ੍ਹਾਂ ਬੇਬੇ ਨਾਨਕੀ ਨੇ ਆਪਣੇ ਭਤੀਜੇ ਬਾਬਾ ਸ਼੍ਰੀ ਚੰਦਰ ਮਹਾਰਾਜ ਨੂੰ ਵੀ ਪਹਿਚਾਣ ਲਿਆ ਕਿ ਇਹ ਵੀ ਮੇਰੇ ਵੀਰ ਦੇ ਘਰ ਉਸ ਰੱਬ ਦਾ ਨੂਰ, ਅਕਾਲ ਪੁਰਖ ਦਾ ਨੂਰ, ਉਹ ਵਾਹਿਗੁਰੂ ਦਾ ਨੂਰ, ਪਰਮੇਸ਼ਵਰ ਆਪ ਖੁਦ ਪੈਦਾ ਹੋਇਆ ਹੈ। ਬੇਬੇ ਨਾਨਕੀ ਵੀ ਕਿਹੜਾ ਘੱਟ ਸੀ ਕੋਈ, ਪੂਜਣ ਯੋਗ ਹੀ ਸਾਰਾ ਪਰਿਵਾਰ ਬਣਿਆ। ਪਿਤਾ ਗ੍ਰਸਤ ਵਿੱਚ ਰਹਿ ਕੇ ਤਾਰੀ ਦੁਨੀਆ, ਪੁੱਤਰ ਜਤੀ ਬਣ ਕੇ ਤਾਰਨਹਾਰ ਬਣਿਆ। ਚਾਰੇ ਪਾਸੇ ਬੇਬੇ ਨਾਨਕੀ ਨੂੰ ਵਧਾਈਆਂ ਮਿਲਦੀਆਂ ਨੇ। ਮਾਤਾ ਸੁਲੱਖਣਾ ਦੀ ਗੋਦ ਨੂੰ ਭਾਗ ਲਾਏ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਨੇ। ਜਤ ਸਤ ਬਾਲ ਬ੍ਰਹਮਚਾਰੀ, ਲੰਬੀ ਉਮਰ ਵਾਲੇ ਸਤਿਗੁਰੂ, ਲੰਬੀ ਬਾਂਹ ਵਾਲੇ ਸਤਿਗੁਰੂ, ਜਿਨ੍ਹਾਂ ਨੇ ਆਪਣੇ ਭਤੀਜੇ ਨੂੰ ਲੰਬੀ ਬਾਂਹ ਕਰਕੇ ਲਾਇਆ ਕਿ ਬੰਸ ਚੱਲਦੀ ਰਹੇ। ਬਾਬਾ ਸ਼੍ਰੀ ਚੰਦਰ ਮਹਾਰਾਜ ਬਚਪਨ ਵਿੱਚ ਕਿੰਨੇ ਹੀ ਕੌਂਤਕ ਖੇਡੇ। ਜਿਸ ਵੇਲੇ ਕੋਈ ਸਾਧੂ ਫਕੀਰ ਬਾਬਾ ਸ਼੍ਰੀ ਚੰਦਰ ਮਹਾਰਾਜ ਜਨਮ ਦੀ ਗੱਲ ਸੁਣ ਕੇ ਜਦੋਂ ਦਰਵਾਜ਼ੇ 'ਤੇ ਆਇਆ, ਆਣ ਕੇ ਅਰਜ ਕੀਤੀ ਕਿ ਮੈਂ ਤੁਹਾਡੇ ਪੁੱਤਰ ਦੇ ਦਰਸ਼ਨ ਕਰਨੇ ਹਨ, ਅਤੇ ਅੰਦਰੋਂ ਮਾਤਾ ਸੁਲੱਖਣੀ ਕਹਿਣ ਲੱਗੀ ਕੁਛ ਪਾ ਦਿਓ ਇਹਨੂੰ, ਚਲੇ ਜਾਵੇ, ਫਕੀਰ ਮੰਗਣ ਵਾਸਤੇ ਆਇਆ। ਪਰ ਬਾਬਾ ਸ਼੍ਰੀ ਚੰਦਰ ਮਹਾਰਾਜ ਬਾਲ ਅਵਸਥਾ ਵਿੱਚ ਸਨ, ਛੋਟੇ ਹੁੰਦਿਆਂ ਦਾ ਕੌਂਤਕ। ਬਾਬਾ ਸ਼੍ਰੀ ਚੰਦਰ ਮਹਾਰਾਜ ਪਿਛਲੀ ਕੋਠੜੀ ਵਿੱਚ ਗਏ, ਜਾ ਕੇ ਇੱਕ ਛੋਲਿਆਂ ਦੀ ਬੋਰੀ ਵਿੱਚੋਂ ਇੱਕ ਬੁੱਕ ਭਰ ਕੇ ਛੋਲਿਆਂ ਦਾ ਲਿਆਂਦਾ। ਜਿਸ ਵੇਲੇ ਉਹ ਸਾਧੂ ਦੇ ਕਾਸੇ ਵਿੱਚ ਪਾਇਆ, ਦੱਸਿਆ ਜਾਂਦਾ ਉਹ ਹੀਰੇ ਜਵਾਹਰਤ ਬਣ ਗਏ। ਅਤੇ ਉਹ ਸਾਧੂ ਫਕੀਰ ਕਹਿੰਦਾ, ਬਾਬਾ ਮੈਂ ਤੇਰੇ ਦਰਸ਼ਨਾਂ ਵਾਸਤੇ ਆਇਆ ਸੀ, ਇਹ ਮੈਨੂੰ ਚੀਜ਼ਾਂ ਦੀ ਲੋੜ ਨਹੀਂ। ਕਿਉਂਕਿ ਜਿਹੜੇ ਸਾਧ ਹੁੰਦੇ ਨੇ, ਜਿਹੜੇ ਫਕੀਰ ਹੁੰਦੇ ਨੇ, ਜਿਹੜੇ ਉਸ ਅੱਲਾ ਦੇ ਪਿਆਰੇ ਹੁੰਦੇ ਨੇ। ਇੱਕ ਹੋਰ ਗੱਲ ਕਿ ਬਾਬਾ ਸ਼੍ਰੀ ਚੰਦਰ ਮਹਾਰਾਜ ਦੀ ਉਮਰ 151 ਸਾਲ ਦੀ ਹੋਈ। ਸਾਰੀ ਜੀਵਨ ਬਾਬਾ ਸ਼੍ਰੀ ਚੰਦਰ ਮਹਾਰਾਜ ਨੇ ਨਾ ਸਿਰ 'ਤੇ ਕੋਈ ਕੁੱਲੀ ਪਾਈ, ਨਾ ਸਿਰ 'ਤੇ ਕੋਈ ਛੱਤ, ਨਾ ਕੋਈ ਮਹਿਲ ਬਣਾਏ, ਨਾ ਕੋਈ ਆਉਣ ਜਾਣ ਦੇ ਸਾਧਨ ਲਈ ਕੁਛ ਰੱਖਿਆ। ਮਹਾਰਾਜ ਸ਼੍ਰੀ ਚੰਦਰ ਮਹਾਰਾਜ ਨੇ ਤਨ 'ਤੇ ਕੱਪੜਾ ਵੀ ਨਹੀਂ ਪਹਿਨਿਆ ਸਾਰੀ ਉਮਰ। ਸਾਰੀ ਜ਼ਿੰਦਗੀ ਬਾਬਾ ਸ਼੍ਰੀ ਚੰਦਰ ਮਹਾਰਾਜ ਨੇ ਤਨ 'ਤੇ ਕੱਪੜਾ ਵੀ ਨਾ ਪਹਿਨਿਆ। ਅਤੇ ਮਹਾਰਾਜ ਨੇ ਇੱਕ ਪ੍ਰਭੂ ਦੀ ਬੰਦਗੀ ਕੀਤੀ। ਜੇ ਕਿਤੇ ਸਮਾਧੀ ਲਾ ਕੇ ਜੰਗਲ ਵਿੱਚ ਬਹਿੰਦੇ, ਸ਼ੇਰ ਸੱਪ ਆਦਿ ਜਾਨਵਰ ਆਣ ਕੇ ਬਾਬਾ ਜੀ ਦੇ ਧੂਣੇ ਅੱਗੇ ਬੈਠ ਜਾਂਦੇ ਔਰ ਦਰਸ਼ਨ ਕਰਦੇ, ਨਿਹਾਲ ਹੋ ਜਾਂਦੇ। ਕਦੇ ਬਾਬਾ ਜੀ ਨੇ ਛੋਟੀ ਉਮਰ ਵਿੱਚ ਸੱਪਾਂ ਨੂੰ ਚੱਕ ਕੇ ਸਿਰ ਨਾਲ ਬੰਨ ਲੈਣਾ, ਕਦੀ ਲੱਕ ਨਾਲ, ਕਦੀ ਬਾਹਾਂ ਨਾਲ। ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ। ਬੇਬੇ ਨਾਨਕੀ, ਮਾਤਾ ਸੁਲੱਖਣਾ ਲੱਭ ਲੱਭ ਕੇ ਫੜ ਫੜ ਲਿਆਉਣਾ ਮਹਾਰਾਜ ਨੂੰ, ਘਰ ਨੂੰ ਆਓ। ਪਰ ਸ਼੍ਰੀ ਚੰਦਰ ਮਹਾਰਾਜ ਜੀ ਉਸ ਅੱਲਾ ਦੀ ਬੰਦਗੀ ਵਿੱਚ ਲੀਨ ਰਹਿੰਦੇ। 6-6 ਮਹੀਨੇ, ਸਾਲ ਸਾਲ ਸਾਧ ਸਮਾਧੀ ਦਾ ਪੱਕਾ ਹੁੰਦਾ। ਬਾਬਾ ਸ਼੍ਰੀ ਚੰਦਰ ਮਹਾਰਾਜ ਕਹਿੰਦੇ ਸਾਧ ਸਾਧਨਾਂ ਦਾ ਪੱਕਾ ਹੁੰਦਾ। ਸਾਧ ਦੇ ਵਿੱਚ ਮੋਹ ਮਾਇਆ, ਈਰਖਾ, ਨਫ਼ਰਤ, ਜੈਲਸ, ਨਿੰਦਿਆ, ਚੁਗਲੀ, ਹੇਰਾ ਫੇਰੀ, ਚੋਰੀ, ਜਾਰੀ, ਸ਼ਰਾਬਾਂ, ਕਬਾਬਾਂ ਸਾਧ ਦੇ ਵਿੱਚ ਨਹੀਂ ਹੁੰਦੀਆਂ। ਅਤੇ ਜਿਹੜੇ ਉਹਨੂੰ ਮੰਨਦੇ ਨੇ, ਮਹਾਰਾਜ ਕਹਿੰਦੇ ਉਹਦੇ ਵਿੱਚ ਵੀ ਇਹ ਚੀਜ਼ਾਂ ਨਹੀਂ ਰਹਿੰਦੀਆਂ। ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਨੇ ਸ਼੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਜਨਮ ਲੈ ਕੇ ਸੁਲਤਾਨਪੁਰ ਨੂੰ ਭਾਗ ਲਾਏ। ਸਾਰੇ ਪਾਸੇ ਜੈ ਜੈਕਾਰ ਹੋਈ। ਮਹਾਰਾਜ ਨੇ ਕਿੰਨੇ ਕੌਂਤਕ ਕੀਤੇ। ਨਾਮ ਤੋਂ ਬਿਨਾਂ ਮਹਾਰਾਜ ਸ਼੍ਰੀ ਚੰਦਰ ਮਹਾਰਾਜ ਦੇ ਕੋਲ ਕੋਈ ਗੱਲ ਹੀ ਨਹੀਂ ਸੀ। ਮਹਾਰਾਜ 24 ਘੰਟੇ ਸਮਾਧੀ 'ਚ ਰਹਿੰਦੇ, ਚਿਹਰਾ
ਨੂਰਾਨੀ ਤਗ ਤਗ ਕਰਦਾ, ਜਿਹੜਾ ਦਰਸ਼ਨ ਕਰ ਲੈਂਦਾ ਮਹਾਰਾਜ ਦੇ ਉਹੀ ਗੁਣ ਗਾ ਜਾਂਦਾ, ਉਹੀ ਮਹਾਰਾਜ ਦੇ ਗੁਣ ਗਾਉਣ ਲੱਗ ਪੈਂਦਾ, ਉਹੀ ਮਹਾਰਾਜ ਦੇ ਚਰਨਾਂ ਵਿੱਚ ਬਹਿ ਜਾਂਦਾ। ਉਸ ਤੋਂ ਬਾਅਦ ਅਗਲੀ ਪੰਕਤੀ ਆਈ, ਕਿੱਧਰੇ ਕੀਤਾ ਜੀਂਦਾ ਮਰਿਆ, ਕਿੱਧਰੇ ਪੱਥਰ ਰਾਵੀ ਤਰਿਆ। ਕਸ਼ਮੀਰ ਵਿੱਚ ਮਾਰੇ ਗਏ, ਮਹਾਰਾਜ ਨੇ ਸਮਾਧੀ ਲਾਈ ਜੰਗਲ ਵਿੱਚ, ਧੂਣਾ ਤਾਪਿਆ, ਨਾਲ ਬਾਬਾ ਕਮਲਦਾਸ ਜੀ ਮਹਾਰਾਜ ਸੇਵਾ ਵਿੱਚ ਰਹਿੰਦੇ, ਬਾਬਾ ਸ਼੍ਰੀ ਚੰਦਰ ਮਹਾਰਾਜ ਧੂਣਾ ਤਾਪਿਆ ਬੈਠੇ ਆਪਣੀ ਸਮਾਧੀ ਵਿੱਚ। ਕੀ ਦੇਖਦੇ, ਰੋਣ ਦੀ ਆਵਾਜ਼ ਆ ਰਹੀ ਹੈ, ਦੁਨੀਆ ਰੋ ਰਹੀ, ਅਰਥੀ ਲੈ ਕੇ ਜਾਂਦੇ ਨੇ, ਉਹਦੀ ਮਾਂ ਧਾਹਾਂ ਮਾਰ ਮਾਰ ਰੋਂਦੀ ਹੈ, ਪੁੱਤਰ ਜਵਾਨ ਮਰ ਗਿਆ। ਜਿਸ ਵੇਲੇ ਧੂਣੇ ਦਾ ਧੂੰਆਂ ਦੇਖਿਆ ਜੰਗਲ ਵਿੱਚ, ਸ਼ਮਸ਼ਾਨ ਘਾਟ ਨੂੰ ਅਰਥੀ ਲਿਜਾਣ ਦੀ ਬਜਾਏ ਉਹ ਮਾਂ ਆਪਣੇ ਪੁੱਤਰ ਦੀ ਅਰਥੀ ਨੂੰ ਲੈ ਕੇ ਨਾਲ ਹੀ ਦੁਨੀਆ ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਧੂਣੇ ਕੋਲ ਆ ਗਈ, ਅਤੇ ਆਣ ਕੇ ਮਹਾਰਾਜ ਦੇ ਚਰਨਾਂ ਵਿੱਚ ਕਿਹੜੀ ਫਰਿਆਦ ਕਰਨ ਲੱਗੀ, ਐ ਮੇਰੇ ਸਤਿਗੁਰ, ਐ ਮੇਰੇ ਸਾਹਿਬ, ਤੁਸੀਂ ਮੇਰੇ ਪੁੱਤਰ ਨੂੰ ਜਿੰਦਾ ਕਰ ਦਿਓ, ਕਿਉਂਕਿ ਮੇਰਾ ਇੱਕੋ ਹੀ ਪੁੱਤ ਹੈ, ਜਾਂ ਮੈਂ ਮਰ ਜਾਵਾਂ ਜਾਂ ਮੇਰਾ ਪੁੱਤ ਜਿੰਦਾ ਹੋ ਜਾਵੇ। ਬਾਬਾ ਸ਼੍ਰੀ ਚੰਦਰ ਮਹਾਰਾਜ ਸਮਾਧੀ ਵਿੱਚ ਬੈਠੇ ਪ੍ਰਲਾਪ ਸੁਣ ਰਹੇ ਨੇ, ਦੁਨੀਆ ਰੋ ਰਹੀ ਹੈ। ਆਖਿਰਕਾਰ ਮਹਾਰਾਜ ਸ਼੍ਰੀ ਚੰਦਰ ਭਗਵਾਨ ਨੇ, ਜਤ ਸਤ ਬਾਲ ਬ੍ਰਹਮਚਾਰੀ ਨੇ, ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਨੇ ਆਪਣੀਆਂ ਅੱਖਾਂ ਖੋਲੀਆਂ। ਸ਼੍ਰੀ ਚੰਦਰ ਭਗਵਾਨ ਦਾ ਨਾਮ ਸੁਣ ਕੇ ਮੁਰਦਾ ਰੂਹ ਵੀ ਉੱਠ ਕੇ ਬਹਿਣ ਲੱਗੀ, ਬਲਦੀ ਲੱਕੜੀ ਹਰੀ ਭਰੀ ਹੋ ਗਈ, ਸੁੱਕੀ ਬੌਲੀ ਉੱਭਰ ਕੇ ਬਹਿਣ ਲੱਗੀ, ਆਹੋ ਜਾਰ ਕਰਦੀ ਬੁੜੀਆਂ ਪਿੱਟਦੀਆਂ ਤੇ, ਉੱਚੀ ਰੋ ਰੋ ਜੋਗੀ ਨੂੰ ਕਹਿਣ ਲੱਗੀ, ਬੇ ਜੋਗੀਆ ਪੁੱਤ ਦਾ ਦਾਨ ਦੇ ਦੇ ਮੈਨੂੰ, ਮੇਰੀ ਜਿੰਦੜੀ ਅੰਦਰੋਂ ਟੈਣ ਲੱਗੀ। ਝਟਕਾ ਮਾਰ ਕੇ ਹੋਣੀ ਨੇ ਖੋਲਿਆ ਏ, ਉਹ ਮਾਰ ਹੁੰਦੀ ਹੈ ਮਹਾਰਾਜ ਕੋਲ, ਫੁੱਲ ਤੋੜਿਆ ਕੋਮਲ ਕਰੁੱਤ ਮੇਰਾ, ਜਨ ਕੱਢ ਕੇ ਲੈ ਗਿਆ ਕਾਲ ਪਾਪੀ, ਇੱਕੋ ਇੱਕ ਸੀ ਲਾਡਲਾ ਪੁੱਤ ਮੇਰਾ। ਮਹਾਰਾਜ ਸ਼੍ਰੀ ਚੰਦਰ ਭਗਵਾਨ ਦੇ ਚਰਨਾਂ ਵਿੱਚ ਫਰਿਆਦ ਕਰਦੀ ਹੈ। ਦੁਨੀਆ ਫਰਿਆਦ ਵੀ ਉੱਥੇ ਕਰ ਸਕਦੀ ਜੇ ਕੋਈ ਮੋਹਰੇ ਸੁਣਨ ਵਾਲਾ ਹੋਵੇ। ਮਹਾਰਾਜ ਕਹਿੰਦੇ ਅੰਨਿਆਂ ਮੋਹਰੇ ਜਾ ਕੇ ਫਰਿਆਦਾਂ ਕਰਨੀਆਂ ਹੈ, ਸਾਧ ਹੋਵੇ ਬੰਦਗੀ ਵਾਲਾ, ਸਾਧ ਹੋਵੇ ਸਿਮਰਨ ਵਾਲਾ। ਮਹਾਰਾਜ ਕਹਿੰਦੇ ਠੱਗ ਠੱਗ ਕੇ ਖਾਣ ਵਾਲੇ ਨੂੰ ਸਾਧ ਨਹੀਂ ਕਹਿੰਦੇ। ਬਾਬਾ ਸ਼੍ਰੀ ਚੰਦਰ ਮਹਾਰਾਜ, ਗੁਰੂ ਨਾਨਕ ਸਾਹਿਬ ਮਹਾਰਾਜ ਇਹਨੀ ਇਹ ਗੱਲ ਦੱਸੀ ਹੈ, ਮਹਾਰਾਜ ਦਾ ਜੀਵਨ ਜਿਹੜਾ ਮਹਾਰਾਜ ਕਹਿੰਦੇ ਹੱਥੀਂ ਆਪਣੇ ਸਾਧ ਦੁਨੀਆਂ ਨੂੰ ਦਿੰਦੇ ਨੇ, ਦੁਨੀਆਂ ਕੋਲੋਂ ਮੰਗ ਕੇ ਨਹੀਂ ਖਾਂਦੇ, ਕਿਉਂਕਿ ਜਿਹੜਾ ਦਾਤਾ ਹੁੰਦਾ ਹੈ ਉਹ ਦੁਨੀਆਂ ਨੂੰ ਦਿੰਦਾ ਹੈ, ਉਹ ਮੰਗਦਾ ਨਹੀਂ। ਫਰਿਆਦ ਮਹਾਰਾਜ ਦੇ ਮੋਹਰੇ ਕਰਦੀ ਉਹ ਮਾਂ, ਮੇਰਾ ਪੁੱਤ ਮਰ ਗਿਆ, ਮਹਾਰਾਜ ਕਿਰਪਾ ਕਰੋ। ਕਈ ਸੈਂਕੜੇ ਲੋਕ ਕਰ ਲਾਉਣ ਪਿੱਛੇ ਸੀੜੀ ਧੂਣੇ ਦੇ ਪਾਸ ਟਕਾ ਦਿੱਤੀ, ਗੱਲ ਪੱਲਾ ਤੇ ਮੂੰਹ ਚ ਘਾਸ ਲੈ ਕੇ ਰੋ ਰੋ ਬੁੱਢੀ ਨੇ ਅਰਜ ਸੁਣਾ ਦਿੱਤੀ, ਲੈ ਕੇ ਜਿਹੜੇ ਜਨਾਜੇ ਨੂੰ ਲੋਕ ਆਏ ਝੜੀ ਹੰਝੂਆਂ ਦੀ ਉਹਨਾਂ ਨੇ ਲਾ ਦਿੱਤੀ, ਹਿਰਦੇ ਇਸ ਕੌਤਕ ਦੀ ਘੜੀ ਨੇ ਲੱਗੀ ਹੋਈ ਸਮਾਧੀ ਹਲਾ ਦਿੱਤੀ। ਮਹਾਰਾਜ ਕਹਿੰਦੇ ਵਰਥੀ ਨਾ ਜਾਏ ਜਨ ਕੀ ਅਰਦਾਸ, ਐ ਭਾਈ ਅਰਦਾਸ ਇਸ ਹਿਸਾਬ ਨਾਲ ਕਰ ਕਿ ਉਸ ਭਗਵਾਨ ਦੀ ਸਮਾਧੀ ਵੀ ਹਿੱਲ ਜਾਵੇ, ਉਹ ਭਗਵਾਨ ਤੈਨੂੰ ਆਪ ਬਣ ਕੇ ਪੁੱਛੇ ਦੱਸ ਕੀ ਗੱਲ ਹੋਈ ਹੈ। ਅਰਦਾਸ ਵਿੱਚ ਵਰਲਾਪ ਹੋਣਾ ਚਾਹੀਦਾ, ਵਿਰਾਗ ਹੋਣਾ ਚਾਹੀਦਾ,
ਪਿਆਰ ਹੋਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਨੇ ਮਤਲਬ ਲਈ ਕੀਤੀਆਂ ਅਰਦਾਸਾਂ, ਆਪਣੇ ਫਾਇਦੇ ਲਈ ਕੀਤੀਆਂ ਅਰਦਾਸਾਂ ਦੁਨੀਆ ਸਾਰਾ ਫਾਇਦਾ ਹੀ ਭਾਲਦੀ ਹੈ। ਗੁਰੂ ਘਰ ਜਾਂਦੀ ਤਾਂ ਮਤਲਬ ਲਈ, ਮੰਦਰਾਂ 'ਚ ਜਾਂਦੀ ਤਾਂ ਮਤਲਬ ਲਈ। ਮਹਾਰਾਜ ਕਹਿੰਦੇ ਮਤਲਬ ਕਰਕੇ ਹੀ ਦੁਨੀਆ ਮੰਨਦੀ ਹੈ। ਜੇ ਮਤਲਬ ਪੂਰਾ ਹੋਇਆ ਤਾਂ ਗੁਰੂ ਸੱਚਾ ਹੈ, ਜੇ ਮਤਲਬ ਸਾਡੀ ਆਸ ਪੂਰੀ ਨਾ ਹੋਈ ਤਾਂ ਇਹ ਗੁਰੂ ਝੂਠਾ ਹੈ। ਤਾਂਹੀਓ ਤਾਂ ਦਰ ਦਰ ਧੱਕੇ ਖਾਂਦੇ ਫਿਰਦੇ ਹੈ। ਮਹਾਰਾਜ ਸ਼੍ਰੀ ਚੰਦਰ ਭਗਵਾਨ ਨੂੰ ਕਹਿਣ ਲੱਗੇ, ਮਹਾਰਾਜ ਇੰਨੀ ਅਰਦਾਸ ਵਿਰਾਗ ਵਿੱਚ ਫਰਿਆਦ ਕੀਤੀ ਕਿ ਮਹਾਰਾਜ ਸ਼੍ਰੀ ਚੰਦਰ ਭਗਵਾਨ ਦੀ ਸਮਾਧੀ ਹਿੱਲ ਗਈ ਤੇ ਅੱਗਿਓਂ ਮੇਰੇ ਸਤਿਗੁਰੂ ਨੇ ਆਖਿਆ ਚੁੱਪ ਕਰ ਜੋ, ਇਸ ਰੋਣ ਕਰਲਾਉਣ ਦਾ ਫਲ ਕੀ ਏ, ਇਹ ਹੈ ਕਾਲ ਭਗਵਾਨ ਦੇ ਨਾਲ ਟੱਕਰ, ਮੌਤ ਵਾਸਤੇ ਅੱਜ ਤੇ ਕੱਲ ਕੀ ਏ। ਬਾਬਾ ਸ਼੍ਰੀ ਚੰਦਰ ਮਹਾਰਾਜ ਕਹਿੰਦੇ ਚਾਹੇ ਅੱਜ ਹੈ ਚਾਹੇ ਕੱਲ ਮੌਤ ਨੇ ਆਉਣਾ ਹੈ, ਮੌਤ ਕੋਲੋਂ ਕੋਈ ਬਚ ਨਹੀਂ ਸਕਿਆ। ਕਾਲ ਛੱਡੇ ਨਾ ਰਿਖੀ ਰੱਖੀ ਸਰਾਂ ਨੂੰ, ਮਾੜੇ ਮੋਟੇ ਗਰੀਬ ਦੀ ਗੱਲ ਕੀ ਏ, ਦਾਰੂ ਲੱਭਾ ਨਾ ਅਜਰ ਤੱਕ ਅੱਜ ਤੀਕਰ, ਇਸ ਮੌਤ ਬੇਤਰਸ ਦਾ ਹੱਲ ਕੀ ਏ। ਮਹਾਰਾਜ ਕਹਿੰਦੇ ਕੋਈ ਬਿਮਾਰ ਹੁੰਦਾ, ਡਾਕਟਰ ਉਹਦਾ ਉਨਾ ਚਿਰ ਇਲਾਜ ਕਰਦੇ ਨੇ ਜਿੰਨਾ ਚਿਰ ਉਹਦੇ ਵਿੱਚ ਸਾਹ ਨੇ। ਮਹਾਰਾਜ ਸ਼੍ਰੀ ਚੰਦਰ ਕਹਿਣ ਲੱਗੇ ਜਦੋਂ ਬੰਦਾ ਮਰ ਜਾਂਦਾ ਹੈ ਤੇ ਡਾਕਟਰ ਵੀ ਕਹਿ ਦਿੰਦੇ ਨੇ ਹੁਣ ਇਹਦਾ ਕੋਈ ਇਲਾਜ ਨਹੀਂ, ਤੁਸੀਂ ਇਹਨੂੰ ਘਰ ਲੈ ਜਾਓ। ਮਹਾਰਾਜ ਕਹਿੰਦੇ ਜਿੰਨਾ ਚਿਰ ਸਾਹ ਨੇ ਉਨਾ ਚਿਰ ਆਸ ਹੈ, ਜਿੰਨਾ ਚਿਰ ਸਵਾਸ ਹੈ ਉਨਾ ਚਿਰ ਆਸ ਹੈ। ਮਹਾਰਾਜ ਕਹਿੰਦੇ ਜਦੋਂ ਸਵਾਸ ਮੁੱਕ ਜਾਂਦੇ ਨੇ ਫਿਰ ਬੀਬਾ ਆਸ ਕੋਈ ਨਹੀਂ ਰਹਿੰਦੀ, ਤੂੰ ਆਪਣੇ ਪੁੱਤਰ ਨੂੰ ਸਾਡੇ ਕੋਲੋਂ ਲੈ ਜਾ, ਸ਼ਮਸ਼ਾਨ ਘਾਟ ਵਿੱਚ ਜਾ ਕੇ ਇਹਦਾ ਕਫਨ ਦਫਨ ਇਹਦਾ ਸੰਸਕਾਰ ਕਰ ਦਿਓ। ਮਹਾਰਾਜ ਕਹਿੰਦੇ ਅੱਜ ਤੱਕ ਇਸ ਮੌਤ ਦਾ ਕੋਈ ਵੀ ਇਲਾਜ ਨਹੀਂ ਲੱਭਾ, ਨਾ ਕੋਈ ਦਾਰੂ ਲੱਭਾ। ਚੋਰਾਂ ਨੇ ਵੀ ਜਾਣਾ, ਸਾਧਾਂ ਨੇ ਵੀ ਜਾਣਾ, ਸਰੀਰ ਸਾਰਿਆਂ ਦਾ ਹੀ ਨਸ਼ਟ ਹੋ ਜਾਣਾ। ਮਹਾਰਾਜ ਕਹਿੰਦੇ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦੇ ਝੰਡੇ ਬੁਲੰਦ ਰਹਿੰਦੇ ਨੇ। ਬਾਬਾ ਸ਼੍ਰੀ ਚੰਦਰ ਮਹਾਰਾਜ ਨੂੰ ਕਿੰਨੇ ਸਾਲ ਹੋਏ ਆਇਆਂ ਨੂੰ ਇਸ ਜਗ 'ਤੇ, ਕਿਸੇ ਨੇ ਦਰਸ਼ਨ ਨਹੀਂ ਕੀਤੇ, ਕਿਸੇ ਨੇ ਮਹਾਰਾਜ ਨਾਲ ਗੱਲ ਨਹੀਂ ਕੀਤੀ। ਸਿਰਫ ਮਹਾਰਾਜ ਦਾ ਪਤਾ ਹੈ ਕਿ ਮਹਾਰਾਜ ਕਮਾਈ ਵਾਲੇ ਸਨ। ਅੱਜ ਵੀ ਦੁਨੀਆ ਉਹਨਾਂ ਦਾ ਜਨਮ ਦਿਨ ਮਨਾ ਰਹੀ ਹੈ, ਦੁਨੀਆ ਮੱਥੇ ਟੇਕਦੀ ਆ। ਸਮਰਾਧਾ ਪੂਰੀ ਹੁੰਦੀ ਹੈ, ਚਨਾਰ ਸਾਹਿਬ ਦਾ ਗੁਰਦੁਆਰਾ, ਟਾਹਲੀ ਸਾਹਿਬ ਗੁਰਦੁਆਰਾ, ਪੌਲੀ ਸਾਹਿਬ ਗੁਰਦੁਆਰਾ, ਮਹਾਰਾਜ ਦੇ ਕਿੰਨੇ ਗੁਰਦੁਆਰੇ ਨੇ। ਚਨਾਰ ਦੀ ਲੱਕੜੀ ਗੱਡ ਕੇ, ਬਲਦੀ ਹੋਈ ਲੱਕੜੀ ਗੱਡੀ, ਦੇਖਦਿਆਂ ਦੇਖਦਿਆਂ ਦਰਖਤ ਬਣਿਆ ਚਨਾਰ ਸਾਹਿਬ ਗੁਰਦੁਆਰਾ। ਮਹਾਰਾਜ ਨੇ ਬੰਦਗੀ ਕੀਤੀ, ਕਮਾਈ ਕੀਤੀ ਹੈ, ਮਹਾਰਾਜ ਨੇ ਕੋਈ ਪਖੰਡ ਨਹੀਂ ਕੀਤਾ। ਇੱਥੇ ਆਣ ਕੇ ਸਭ ਦੀ ਬੱਸ ਹੁੰਦੀ, ਭਾਵੇਂ ਰਾਉ ਤੇ ਭਾਵੇਂ ਪਖੀਰ ਹੋਵੇ, ਕਦੇ ਵਿਕਤਰ ਅਕਾਲ ਨੇ ਨਹੀਂ ਕੀਤਾ, ਚਾਹੇ ਮੰਗਤਾ ਚਾਹੇ ਅਮੀਰ ਹੋਵੇ। ਮਹਾਰਾਜ ਸ਼੍ਰੀ ਚੰਦਰ ਕਹਿੰਦੇ ਮੌਤ ਕਿਸੇ ਨਾਲ ਵੀ ਭੇਤ ਨਹੀਂ ਕਰਦੀ, ਅਮੀਰ ਨੂੰ ਵੀ ਆਉਂਦੀ, ਗਰੀਬ ਨੂੰ ਵੀ ਆਉਂਦੀ, ਰੱਜਿਆਂ ਨੂੰ ਵੀ ਆਉਂਦੀ, ਭੁੱਖੇ ਨੂੰ ਵੀ ਆਉਂਦੀ। ਮਹਾਰਾਜ ਕਹਿੰਦੇ ਘਰ ਵਿੱਚ ਆ ਜਾਂਦੀ ਹੈ, ਘਰੋਂ ਬਾਹਰ ਬੰਦਾ ਗਿਆ ਹੋਵੇ ਮੌਤ ਇਹ ਨਹੀਂ ਕਹਿੰਦੀ ਮੈਨੂੰ ਘਰ ਜਾਣ ਦਿਓ। ਮਹਾਰਾਜ ਸ਼੍ਰੀ ਚੰਦਰ ਕਹਿੰਦੇ ਇਹਦਾ ਕੋਈ ਹੱਲ ਨਹੀਂ ਹੈ ਬੀਬਾ, ਇਹ ਆਪਣੇ ਪੁੱਤਰ ਦਾ ਜਾ ਕੇ ਸੰਸਕਾਰ ਕਰਦੇ ਅਤੇ ਅੱਗਿਓਂ ਉਸ ਮਾਤਾ ਨੇ ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਨਾਲ ਕਿਹੜੀ ਗੱਲ ਕੀਤੀ। ਹੱਥ ਜੋੜ ਕੇ ਬੁੱਢੀ ਨੇ ਕਿਹਾ ਅੱਗੋਂ, ਤੁਸੀਂ ਵਹਿਦੇ ਹੋ ਰੱਬ ਦੇ ਮਾਰਿਆਂ ਦੇ, ਸ਼ਰਨੇ ਆਇਆਂ ਦੀ ਬਾਬਾ ਜੀ ਲਾਜ ਰੱਖੋ, ਔਗਣ ਬਖਸ਼ੋ ਔਗਣ ਹਾਰਿਆਂ ਦੇ,
ਹਰਨ ਭਰਨ ਸੰਸਾਰ ਦਾ ਕਹਿਣ ਤੈਨੂੰ ਦੁੱਖ ਕੱਟ ਦਿਓ ਅੱਜ ਦੁਖਿਆਰਿਆਂ ਦੇ ਨਹੀਂ ਲਿਖ ਕੇ ਕੋਈ ਦੱਸ ਸਕਦਾ ਕਿੰਨੇ ਪੂਰ ਲੰਘੇ ਤੇਰੇ ਤਾਰਿਆਂ ਦੇ। ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਚਰਨਾਂ ਵਿੱਚ ਉਸ ਬੀਬੀ ਨੇ ਗਲ ਵਿੱਚ ਪੱਲਾ ਪਾ ਕੇ ਬੜੇ ਪਿਆਰ ਨਾਲ ਅਰਦਾਸ ਕੀਤੀ, ਐ ਮੇਰੇ ਸਤਿਗੁਰ, ਐ ਮੇਰੇ ਮਾਲਕ, ਮੈਂ ਕਿੰਨੇ ਦੱਸਾਂ ਤੂੰ ਕਿੰਨੇ ਜਿਉਂਦੇ ਕੀਤੇ ਨੇ, ਕਿੰਨੇ ਪੂਰ ਤੇਰੇ ਤਾਰਿਆਂ ਦੇ ਲੰਘੇ ਨੇ, ਅਸਮਾਨ ਵਿੱਚ ਤਾਰੇ ਗਿਣ ਹੋ ਸਕਦੇ ਨੇ, ਐ ਮੇਰੇ ਸਤਿਗੁਰ, ਐ ਬਾਬਾ ਸ਼੍ਰੀ ਚੰਦਰ ਮਹਾਰਾਜ, ਜਿੰਨੇ ਤੂੰ ਤਾਰੇ ਉਹ ਗਿਣ ਨਹੀਂ ਹੋ ਸਕਦੇ। ਜਦੋਂ ਇੰਨੀ ਗੱਲ ਬਾਬਾ ਸ਼੍ਰੀ ਚੰਦਰ ਮਹਾਰਾਜ ਨੂੰ ਉਸ ਬੀਬੀ ਨੇ ਆਖੀ ਤੇ ਮਹਾਰਾਜ ਸ਼੍ਰੀ ਚੰਦਰ ਬੜੇ ਪ੍ਰਸੰਨ ਹੋਏ, ਕਹਿੰਦੇ ਬੀਬਾ ਆਹ ਗੱਲ ਤੇਰੀ ਨੇ ਸਾਨੂੰ ਬੇਬਸ ਕਰ ਦਿੱਤਾ ਹੈ। ਆਖਰਕਾਰ ਦੀਨਾ ਨਾਥ ਦਿਆਲ ਪ੍ਰਕਾਰ ਸੁਣ ਕੇ ਬਾਬਾ ਸ਼੍ਰੀ ਚੰਦਰ ਮਹਾਰਾਜ ਨੇ ਪੁਕਾਰ ਸੁਣ ਕੇ ਛਿੱਟਾ ਪਾਣੀ ਦਾ ਤੂੰਬੀ ਚੋਂ ਮਾਰ ਦਿੱਤਾ। ਬਾਬਾ ਸ਼੍ਰੀ ਚੰਦਰ ਮਹਾਰਾਜ ਕੋਲ ਇੱਕ ਕਮੰਡਲ ਹੁੰਦਾ ਸੀ, ਇੱਕ ਚਮਟਾ ਹੁੰਦਾ ਸੀ, ਇੱਕ ਬਰਾਗਣ ਹੁੰਦੀ ਸੀ, ਹੋਰ ਬਾਬਾ ਸ਼੍ਰੀ ਚੰਦਰ ਮਹਾਰਾਜ ਕੋਲ ਕੋਈ ਖਾਣ ਲਈ ਰੋਟੀ ਨਹੀਂ ਸੀ ਹੁੰਦੀ, ਪਾਣੀ ਨਹੀਂ ਸੀ ਹੁੰਦਾ। ਮਹਾਰਾਜ ਇੱਦਾਂ ਸਮਾਧੀ 'ਚ ਰਹਿੰਦੇ ਸੀ, ਨਾਲੇ ਮਹਾਰਾਜ ਕਹਿੰਦੇ ਭਾਈ ਨਾਮ ਜਪੋ, ਸਮਾਧੀ ਦੇ ਵਿੱਚ ਬੈਠੋਗੇ, ਖਾਣ ਪੀਣ ਨੂੰ ਭੋਜਨ ਤਾਂ ਸਤਿਗੁਰੂ ਅੰਦਰੋਂ ਹੀ ਦੇ ਦਿੰਦਾ, ਅੰਦਰੋਂ ਖੁਰਾਕ ਮਿਲਦੀ ਹੈ ਸਾਧੂਆਂ ਨੂੰ ਜਿਹੜੇ ਨਾਮ ਜਪਦੇ ਨੇ, ਤਾਂਹੀਓ ਤਾਂ ਉਹ ਰੋਟੀ ਨਹੀਂ ਸੀ ਖਾਂਦੇ, ਤਾਂਹੀਓ ਤਾਂ ਪਾਣੀ ਨਹੀਂ ਸੀ ਪੀਂਦੇ। ਸ਼੍ਰੀ ਚੰਦਰ ਮਹਾਰਾਜ ਨੇ ਆਪਣੀ ਕਮੰਡਲ ਵਿੱਚੋਂ ਉਸ ਮਰੇ ਹੋਏ ਪੁੱਤਰ 'ਤੇ ਛਿੱਟਾ ਮਾਰਿਆ, ਸਰੂਪ ਮੁੰਡੇ ਦੀ ਜਾਨ ਜਜਾਨ ਆ ਗਈ, ਉਸ ਬੀਬੀ ਦਾ ਹਿਰਦਾ ਠਾਰ ਦਿੱਤਾ। ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਨੇ ਜਿਸ ਵੇਲੇ ਆਪਣੇ ਕਮੰਡਲ ਵਿੱਚੋਂ ਪਾਣੀ ਦਾ ਛਿੱਟਾ ਮਾਰਿਆ, ਉਹ ਮੁਰਦਾ ਹੋਇਆ, ਜਿਹੜਾ ਉਹਦਾ ਪੁੱਤਰ ਸੀ ਮਰਿਆ ਹੋਇਆ ਜਿੰਦਾ ਹੋ ਗਿਆ। ਉਹ ਬੀਬੀ ਬੜੀ ਖੁਸ਼, ਜਿੰਨੀ ਸੰਗਤ ਹੈ ਬੜੇ ਖੁਸ਼ ਨੇ, ਬਾਬਾ ਸ਼੍ਰੀ ਚੰਦਰ ਮਹਾਰਾਜ ਦੀ ਜੈ ਜੈਕਾਰ ਕਰਦੇ ਤੁਰੇ ਜਾਂਦੇ ਨੇ। ਤੇਰੇ ਰੰਗਾਂ ਦਾ ਭੇਤ ਨਾ ਪਾਇਆ, ਬਾਬਾ ਸ਼੍ਰੀ ਚੰਦ ਜੀ। ਤੇ ਅਗਲੀ ਪੰਕਤੀ 'ਚ ਕੀ ਕਹਿੰਦੇ ਨੇ, ਕੰਬਲੀ ਨੇ ਜਦ ਨੈਣੇ ਉਘਾੜੇ, ਜਹਾਂਗੀਰ ਨੇ ਕੱਢੇ ਹਾੜੇ। ਜਹਾਂਗੀਰ ਰਾਜਾ ਹੋਇਆ, ਮਹਾਰਾਜ ਸ਼੍ਰੀ ਚੰਦਰ ਬੈਠੇ ਨੇ ਸਮਾਧੀ 'ਚ, ਰਾਜੇ ਜਹਾਂਗੀਰ ਨੂੰ ਪਤਾ ਲੱਗਾ ਕੋਈ ਮਹਾਨ ਤਪੱਸਵੀ ਆਇਆ, ਆਪਣੇ ਸਿਪਾਹੀਆਂ ਨੂੰ ਆਪਣੇ ਸੇਵਾਦਾਰਾਂ ਨੂੰ ਇੱਕ ਹਾਥੀ ਸ਼ਿੰਗਾਰ ਕੇ ਭੇਜਿਆ, ਕਹਿੰਦੇ ਜਾਓ ਜੋ ਸਾਧੂ ਆਏ ਨੇ ਮਹਾਤਮਾ ਆਏ ਨੇ ਉਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਹਾਥੀ 'ਤੇ ਬਿਠਾਲ ਕੇ ਉਹਨਾਂ ਨੂੰ ਦਰਬਾਰ ਵਿੱਚ ਲੈ ਕੇ ਆਓ, ਮੈਂ ਦਰਸ਼ਨ ਕਰਨੇ ਨੇ। ਸਿਪਾਹੀ ਗਏ, ਸੇਵਾਦਾਰ ਗਏ ਰਾਜੇ ਦੇ, ਬਾਬਾ ਸ਼੍ਰੀ ਚੰਦਰ ਸਮਾਧੀ 'ਚ ਬੈਠੇ ਨੇ, ਅਰਦਾਸ ਫਰਿਆਦ ਕੀਤੀ, ਐ ਸਤਿਗੁਰੂ ਜਹਾਂਗੀਰ ਰਾਜਾ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ। ਬਾਬਾ ਸ਼੍ਰੀ ਚੰਦਰ ਮਹਾਰਾਜ ਕਹਿੰਦੇ ਤੁਸੀਂ ਜਾਓ, ਅਸੀਂ ਆਪੇ ਹੀ ਪੈਦਲ ਚੱਲ ਕੇ ਆ ਜਾਵਾਂਗੇ, ਕਿਉਂਕਿ ਅਸੀਂ ਸਵਾਰੀ ਕਿਸੇ ਚੀਜ਼ ਦੀ ਨਹੀਂ ਕੀਤੀ, ਹਾਥੀ ਨੂੰ ਲੈ ਜਾਓ, ਅਸੀਂ ਪੈਦਲ ਚੱਲ ਕੇ ਰਾਜੇ ਨੂੰ ਮਿਲਣ ਵਾਸਤੇ ਆ ਜਾਂਦੇ ਹਾਂ। ਪਰ ਉੱਧਰੋਂ ਰਾਜੇ ਦਾ ਹੁਕਮ ਸੀਗਾ ਕਿ ਤੁਸੀਂ ਸਤਿਗੁਰਾਂ ਨੂੰ ਹਾਥੀ 'ਤੇ ਸਵਾਰ ਕਰਕੇ, ਹਾਥੀ 'ਤੇ ਬਿਠਾਲ ਕੇ ਬੜੇ ਪਿਆਰ ਸਤਿਕਾਰ ਨਾਲ ਲੈ ਕੇ ਆਉਣਾ। ਜਿਸ ਵੇਲੇ ਸਿਪਾਹੀ ਸੇਵਾਦਾਰ ਨਾ ਮੰਨੇ ਅਤੇ ਬਾਬਾ ਸ਼੍ਰੀ ਚੰਦਰ ਮਹਾਰਾਜ ਕਹਿਣ ਲੱਗੇ, ਚਲੋ ਜੇ ਤੁਹਾਡੀ ਇਹ ਜੈਦਾ ਹੈ ਇੱਦਾਂ ਕਰੋ, ਅਸੀਂ ਬਾਅਦ ਵਿੱਚ ਬਹਿੰਦੇ ਹਾਂ,
ਜਿਹੜੀ ਸਾਡੀ ਕੰਬਲੀ ਹੈ ਉਹ ਚੱਕ ਕੇ ਹਾਥੀ ਉੱਪਰ ਰੱਖੋ ਅਤੇ ਅਸੀਂ ਵੀ ਹਾਥੀ 'ਤੇ ਬੈਠ ਜਾਵਾਂਗੇ। ਜਦੋਂ ਉਹਨਾਂ ਸੇਵਾਦਾਰਾਂ ਨੇ, ਰਾਜੇ ਦੇ ਪੈਰੋਕਾਰਾਂ ਨੇ, ਜੋ ਰਾਜੇ ਨੇ ਸੇਵਾਦਾਰ ਭੇਜੇ, ਜਦੋਂ ਕੰਬਲੀ ਚੱਕ ਕੇ ਬਾਬਾ ਸ਼੍ਰੀ ਚੰਦਰ ਮਹਾਰਾਜ ਦੀ ਹਾਥੀ 'ਤੇ ਰੱਖੀ, ਇਤਿਹਾਸ ਗਵਾਹ ਹੈ ਕੰਬਲੀ ਰੱਖਦਿਆਂ ਹਾਥੀ ਚਾਰੇ ਲੱਤਾਂ ਜ਼ਮੀਨ ਵਿੱਚ ਹਾਥੀ ਧੱਸ ਗਿਆ, ਹਾਥੀ ਚੀਕਾਂ ਮਾਰਨ ਲੱਗਿਆ, ਦੁਹਾਈਆਂ ਪਾਉਣ ਲੱਗਿਆ ਅਤੇ ਮਹਾਰਾਜ ਸ਼੍ਰੀ ਚੰਦ ਹੱਸ ਕੇ ਕਹਿੰਦੇ ਉਹਨਾਂ ਨੂੰ ਵੀ ਭਾਈ ਸਾਡੀ ਕੰਬਲੀ ਦਾ ਭਾਰ ਤਾਂ ਸਹਾਰ ਨਹੀਂ ਸਕਿਆ ਹਾਥੀ, ਅਤੇ ਅਸੀਂ ਕਿੱਦਾਂ ਬੈਠਾਂਗੇ, ਲਿਆਓ ਸਾਡੀ ਕੰਬਲੀ ਲਾ ਦਿਓ। ਲਓ ਜੀ ਕੰਬਲੀ ਮਹਾਰਾਜ ਦੀ ਵਾਪਸ ਕੀਤੀ, ਚਲ ਗਏ ਵਾਪਸ। ਰਾਜੇ ਨੇ ਪੁੱਛਿਆ ਕੀ ਗੱਲ ਹੋਈ, ਲੈ ਕੇ ਨਹੀਂ ਆਏ? ਕਹਿੰਦੇ ਮਹਾਰਾਜ ਉਹਨਾਂ ਦੀ ਕੰਬਲੀ ਉੱਪਰ ਰੱਖੀ ਹਾਥੀ ਜ਼ਮੀਨ ਵਿੱਚ ਧੱਸ ਗਿਆ। ਰਾਜਾ ਬੜਾ ਹੈਰਾਨ ਪਰੇਸ਼ਾਨ ਹੋਇਆ, ਕਹਿੰਦਾ ਕਮਾਲ ਦੀ ਗੱਲ, ਇੱਕ ਕੰਬਲੀ ਹਾਥੀ ਜ਼ਮੀਨ ਵਿੱਚ ਧੱਸ ਗਿਆ। ਚਲੋ ਇੰਨੇ ਕਰਦਿਆਂ ਕਰਦਿਆਂ ਬਾਬਾ ਕਮਲਦਾਸ, ਬਾਬਾ ਸ਼੍ਰੀ ਚੰਦਰ ਮਹਾਰਾਜ ਜਹਾਂਗੀਰ ਦੇ ਦਰਬਾਰ ਵਿੱਚ ਆਣ ਕੇ ਖੜ੍ਹੇ ਹੋ ਗਏ। ਮਹਾਰਾਜ ਲਈ ਆਸਣ ਵਿਛਾਇਆ, ਉੱਚੀ ਥਾਂ ਆਸਣ ਵਿਛਾਇਆ। ਮਹਾਰਾਜ ਸ਼੍ਰੀ ਚੰਦਰ ਮਹਾਰਾਜ ਕਹਿੰਦੇ ਅਸੀਂ ਉੱਚੀ ਜਗ੍ਹਾ ਨਹੀਂ ਬਹਿੰਦੇ, ਸਾਨੂੰ ਥੱਲੇ ਆਸਣ ਚਾਹੀਦਾ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਸੀ ਮਹਾਰਾਜ ਤੁਸੀਂ ਉੱਚੀ ਜਗ੍ਹਾ ਕਿਉਂ ਨਹੀਂ ਬਹਿੰਦੇ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉੱਚੀ ਜਗ੍ਹਾ ਬੈਠਣ ਵਾਲਾ ਕਦੀ ਨਾ ਕਦੀ ਡਿੱਗ ਸਕਦਾ ਹੈ, ਜਿਹੜਾ ਥੱਲੇ ਬਹਿੰਦਾ ਉਹ ਡਿੱਗਦਾ ਨਹੀਂ। ਮਹਾਰਾਜ ਸ਼੍ਰੀ ਚੰਦਰ ਨੇ ਕੋਈ ਬਿਸਤਰੇ 'ਤੇ ਨਹੀਂ ਸੌਂਦੇ, ਨਾ ਕੋਈ ਸੋਹਣੀ ਵਿਛਾਈ ਸੀ, ਜੇ ਜੰਗਲਾਂ ਵਿੱਚ ਜੇ ਰੇਤੇ ਵਿੱਚ ਮਿੱਟੀ ਵਿੱਚ ਧੁੱਪਾ ਚਾਹੇ ਛਾਂ ਆ, ਮਹਾਰਾਜ ਕਦੀ ਦੇਖਿਆ ਹੀ ਨਹੀਂ ਸੀ ਮਹਾਰਾਜ ਇੱਦਾਂ ਬਹਿ ਜਾਂਦੇ ਸੀ। ਹੁਣ ਤਾਂ ਭਾਈ ਸਾਧਨ ਬੜੇ ਨੇ, ਸਹੂਲਤਾਂ ਬੜੀਆਂ ਨੇ। ਉਹ ਮਹਾਰਾਜ ਕਹਿੰਦੇ ਸਹੂਲਤਾਂ ਤਾਂ ਬੜੀਆਂ ਨੇ, ਸੁੱਖ ਤਾਂ ਹੈ ਨਹੀਂ, ਨਾਮ ਦੀ ਕਮਾਈ ਤਾਂ ਹੈ ਨਹੀਂ, ਨਾਮ ਦਾ ਸਿਮਰਨ ਹੈ ਨਹੀਂ, ਬੰਦਗੀ ਹੈ ਨਹੀਂ। ਮਹਾਰਾਜ ਕਹਿੰਦੇ ਕਿਉਂਕਿ ਉਦਾਸੀ ਮਤ ਵਿੱਚ ਆਏ ਮਹਾਰਾਜ, 108 ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਉਦਾਸੀ ਮਤ ਵਿੱਚ ਆਏ। ਉਦਾਸੀ ਮਤ ਵਿੱਚ ਮਹਾਰਾਜ ਕਹਿੰਦੇ ਦੁੱਗਣੀ ਤਿੱਗਣੀ ਬੰਦਗੀ ਕਰਨੀ ਪੈਂਦੀ ਹੈ। ਜਿਹੜਾ ਕੰਮ ਕਰਨ ਵਾਲਾ ਮਹਾਰਾਜ ਕਹਿੰਦੇ ਉਹ 6 ਘੰਟੇ ਸੌਂਦਾ, ਜਿਹੜਾ ਆਮ ਬੰਦਾ ਕਹਿੰਦੇ ਉਹ 4 ਘੰਟੇ ਸੌਵੇ, ਅਤੇ ਮਹਾਰਾਜ ਕਹਿੰਦੇ ਜਿਹੜੇ ਸਾਧ ਹੁੰਦੇ ਨੇ ਉਹ 2 ਘੰਟੇ ਹੀ ਸੌਂਦੇ ਨੇ, ਜੇ 2 ਘੰਟੇ ਤੋਂ ਵੱਧ ਸਾਧ ਸੌਂਦਾ ਹੈ ਤਾਂ ਮਹਾਰਾਜ ਕਹਿੰਦੇ ਉਹ ਸਾਧ ਨਹੀਂ, ਉਹ ਤਾਂ ਆਲਸੀ ਹੈ, ਉਹ ਨਾਮ ਨਾਲ ਉਹਦਾ ਪਿਆਰ ਨਹੀਂ, ਬੰਦਗੀ ਨਾਲ ਪਿਆਰ ਨਹੀਂ, ਸਿਰਫ ਉਹਦਾ ਸੌਣ ਨਾਲ ਪਿਆਰ ਹੈ। ਮਹਾਰਾਜ ਸ਼੍ਰੀ ਚੰਦਰ ਕਹਿੰਦੇ ਅਸੀਂ ਥੱਲੇ ਬੈਠਣਾ ਹੈ। ਜਹਾਂਗੀਰ ਕਹਿੰਦਾ ਜਿੱਥੇ ਤੁਹਾਡੀ ਮਰਜ਼ੀ। ਮਹਾਰਾਜ ਨੇ ਆਸਣ ਲਾਇਆ, ਉਹੀ ਕੰਬਲੀ ਸੱਜੇ ਪਾਸੇ ਰੱਖੀ ਹੋਈ, ਉਹ ਕੰਬਲੀ ਕਦੀ ਉੱਪਰ ਨੂੰ ਜਾਂਦੀ ਕਦੀ ਥੱਲੇ ਨੂੰ, ਆਪਣੇ ਆਪ ਇੱਦਾਂ ਹੋ ਰਹੀ ਹੈ। ਜਹਾਂਗੀਰ ਨੇ ਗੱਲ ਵੀ ਸੁਣੀ ਸੀ ਕੰਬਲੀ ਦੀ। ਜਹਾਂਗੀਰ ਮਹਾਰਾਜ ਪੁੱਛਣ ਲੱਗਾ ਮਹਾਰਾਜ ਕੰਬਲੀ ਵਿੱਚ ਕੀ ਹੈ, ਪਹਿਲਾਂ ਇਹ ਦੱਸੋ ਤੁਹਾਡੀ ਕੰਬਲੀ ਹਾਥੀ 'ਤੇ ਰੱਖੀ, ਹਾਥੀ ਧੱਸ ਗਿਆ ਜ਼ਮੀਨ ਵਿੱਚ, ਤੁਸੀਂ ਦੱਸੋ ਕੀ ਗੱਲ ਹੈ। ਮਹਾਰਾਜ ਸ਼੍ਰੀ ਚੰਦ ਕਹਿੰਦੇ ਹੈ ਰਾਜਾ ਜਿਹੜੀ ਤੂੰ ਗੱਲ ਕਰਨੀ ਉਹ ਗੱਲ ਕਰ, ਇਹਦੀਆਂ ਗੱਲਾਂ ਛੱਡ। ਅਤੇ ਜਹਾਂਗੀਰ ਨੇ ਜ਼ਿੱਦ ਕੀਤੀ ਅਤੇ ਮਹਾਰਾਜ ਸ਼੍ਰੀ ਚੰਦਰ ਕਹਿਣ ਲੱਗੇ ਚੱਲ ਬਈ ਕੰਬਲੀ ਵਾਲੇ ਬਾਹਰ ਆਣ ਕੇ ਰਾਜੇ ਨੂੰ ਦਰਸ਼ਨ ਦਿਓ। ਜਦੋਂ ਰਾਜੇ ਨੂੰ ਦਰਸ਼ਨ ਦਿੱਤੇ, ਜਿਹਨੂੰ ਕਹਿੰਦੇ ਨੇ ਤਾਪ ਬੁਖਾਰ ਨਹੀਂ ਉਤਰਦਾ, ਜਿਉਂ ਦਰਸ਼ਨ ਦਿੱਤੇ ਰਾਜੇ ਨੂੰ ਇੰਨਾ ਬੁਖਾਰ ਚੜਿਆ, ਰਾਜਾ ਮਰਨ ਬਰਾਬਰ ਹੋਇਆ। ਆਖਿਰਕਾਰ ਮਿੰਨਤਾਂ ਕਰਨ ਲੱਗਾ, ਕਹਿੰਦਾ ਮਹਾਰਾਜ ਕਿਰਪਾ ਕਰੋ ਮੇਰੇ 'ਤੇ, ਮੈਂ ਜ਼ਿੱਦ ਕਰ ਬੈਠਾ, ਮੈਨੂੰ ਬਖਸ਼ ਦਿਓ। ਲਓ ਜੀ ਰਾਜੇ ਨੇ ਜਦੋਂ ਇੰਨੀ ਗੱਲ ਆਖੀ ਅਤੇ ਬਾਬਾ ਸ਼੍ਰੀ ਚੰਦਰ ਮਹਾਰਾਜ ਕਹਿੰਦੇ ਬੋਲੇ ਸ਼੍ਰੀ ਚੰਦ ਨਾਲ ਫਕਰਾਂ ਫੁੱਲ ਨਾ ਲਾਈਏ ਰਾਜਾ ਟੱਕਰਾਂ। ਐਵੇਂ ਸੰਤਾਂ ਦੇ ਨਾਲ ਟੱਕਰਾਂ ਨਹੀਂ ਲਾਈਦੀਆਂ, ਕਿਉਂਕਿ ਮਿੰਟ ਸਕਿੰਟ ਲਾਉਂਦੇ ਨੇ ਨਖਾਵਾਂ ਕਰਨੇ ਨੂੰ, ਮਿੰਟ ਲਾਉਂਦੇ ਨੇ ਰਾਜ ਭਾਗ ਦੇਣ ਨੂੰ, ਵਾਲੀ ਆਪਣੀ ਅਕਲ ਨਹੀਂ ਰਾਜਿਆਂ ਦੌੜਾਈ ਦੀ। ਮਹਾਰਾਜ ਨੇ ਕਿਹਾ ਹੈ ਕੰਬਲੀ ਵਾਲੇ ਸਾਧੂ ਆਣ ਕੇ ਕੰਬਲੀ ਵਿੱਚ ਵੜੋ। ਜਦੋਂ ਇੰਨੀ ਗੱਲ ਆਖੀ ਰਾਜਾ ਠੀਕ ਹੋ ਗਿਆ। ਤੇਰੇ ਰੰਗਾਂ ਦਾ
ਭੇਤ ਨਾ ਪਾਇਆ। ਬਾਬਾ ਸ਼੍ਰੀ ਚੰਦ ਜੀ। ਆਖਰੀ ਪੰਕਤੀ, ਭਗਤ ਗਿਰੀ ਨੇ ਪਾਈ ਜਾਰੀ, ਜੋਗੀ ਉਸਦੀ ਪੈਜ ਸਵਾਰੀ। ਭਗਤ ਗਿਰੀ ਹੋਇਆ ਹਿੰਗਲਾਜ ਦੇਵੀ, ਮਾਤਾ ਦੇ ਦਰਸ਼ਨ ਕਰਨ ਵਾਸਤੇ ਹਰ ਸਾਲ ਜਾਂਦਾ ਨਾਲ ਉਹਦੇ ਚੇਲੇ। ਕਿਤੇ ਜਦੋਂ ਚੇਲਿਆਂ ਨਾਲ ਤੁਰਿਆ ਜਾਵੇ, ਮਹਾਰਾਜ ਸ਼੍ਰੀ ਚੰਦਰ ਜੀ ਬੈਠੇ ਉੱਥੇ ਰੁਕ ਗਿਆ। ਨਮਸਕਾਰ ਕੀਤੀ ਮਹਾਰਾਜ, ਕਹਿੰਦੇ ਤੁਸੀਂ ਕੌਣ ਹੋ? ਕਹਿੰਦਾ ਜੀ ਮੈਂ ਭਗਤ ਗਿਰੀ ਹਾਂ, ਮੈਂ ਮਾਂ ਦਾ ਪਾਸ਼ਕ ਹਾਂ, ਬੜਾ ਚਿਰ ਹੋਇਆ, ਹਰ ਸਾਲ ਇੱਦਾਂ ਜਾਈਦਾ। ਮਹਾਰਾਜ ਮਹਾਰਾਜ ਕਹਿੰਦੇ ਜਿਹਦੇ ਦਰਸ਼ਨਾਂ ਨੂੰ ਜਾਣਾ, ਕਦੀ ਤੈਨੂੰ ਉਹਦੇ ਦਰਸ਼ਨ ਵੀ ਹੋਏ? ਕਹਿੰਦਾ ਮਹਾਰਾਜ ਦਰਸ਼ਨ ਤਾਂ ਨਹੀਂ ਹੋਏ। ਕਦੀ ਉਹਦੇ ਨਾਲ ਗੱਲ ਹੋਈ? ਕਹਿੰਦਾ ਮਹਾਰਾਜ ਗੱਲ ਨਹੀਂ ਹੋਈ। ਅਤੇ ਮਹਾਰਾਜ ਕਹਿੰਦੇ ਫਿਰ ਜਾਣ ਦਾ ਕੀ ਫਾਇਦਾ? ਜੇ ਤੁਸੀਂ ਕਿਸੇ ਨੂੰ ਮਿਲਣ ਜਾਂਦੇ ਹੋ, ਜਦ ਤੁਹਾਡੀ ਉਹਦੇ ਨਾਲ ਗੱਲ ਨਹੀਂ ਹੁੰਦੀ, ਬਾਤ ਨਹੀਂ ਹੁੰਦੀ, ਦਰਸ਼ਨ ਨਹੀਂ ਹੁੰਦੇ, ਫਿਰ ਜਾਣ ਦਾ ਕੀ ਫਾਇਦਾ? ਅਤੇ ਉਸ ਬੰਦਗੀ ਦਾ ਵੀ ਕੀ ਫਾਇਦਾ ਜਿਹੜਾ ਪਰਮਾਤਮਾ ਨਾਲ ਨਾ ਮਿਲ ਸਕੇ? ਅਤੇ ਮੋਹਰੇ ਭਗਤ ਗਿਰੀ ਕਹਿੰਦਾ ਮਹਾਰਾਜ ਮੈਂ ਦਰਸ਼ਨ ਨਹੀਂ ਹੋਏ, ਗੱਲ ਨਹੀਂ ਹੋਈ। ਅਤੇ ਮਹਾਰਾਜ ਕਹਿੰਦੇ ਜਾਣ ਦਾ ਕੀ ਫਾਇਦਾ? ਚਲੋ ਮਹਾਰਾਜ ਨੇ ਸੇਵਾ ਕੀਤੀ, ਜਿੰਨੀ ਸੇਵਾ ਕੀਤੀ, ਮਹਾਰਾਜ ਕਹਿੰਦੇ ਚਲੋ ਜਾਓ ਭਾਈ ਤੁਸੀਂ। ਜਦੋਂ ਰਸਤੇ ਵਿੱਚ ਗਿਆ ਅਤੇ ਰਸਤੇ ਵਿੱਚ ਭਗਤ ਗਿਰੀ ਨੂੰ ਚੇਤਾ ਆ ਗਿਆ, ਉਹਨੇ ਆਪਣੇ ਝੋਲੇ ਵਿੱਚ ਦੇਖਿਆ ਅਤੇ ਉਹ ਚੀਜ਼ ਹੈ ਹੀ ਨਹੀਂ, ਜਿੱਦਾਂ ਹੀਰੇ ਜਵਾਹਰ ਦਾ ਕੋਈ ਪੱਥਰ ਕਹਿ ਲਓ, ਸਾਧੂਆਂ ਕੋਲ ਹੁੰਦੀਆਂ ਇੱਦਾਂ ਦੀਆਂ ਚੀਜ਼ਾਂ ਬਹੁਤ ਸੀਗੀਆਂ, ਉਹ ਇੱਦਾਂ ਦੀ ਚੀਜ਼ ਸੀਗੀ ਜਦੋਂ ਕਿਤੇ ਪੈਸੇ ਦੀ ਲੋੜ ਪੈਂਦੀ, ਥੋੜ੍ਹਾ ਜਿਹਾ ਉਹਦੇ ਨਾਲ ਤੋੜ ਕੇ ਬਾਜ਼ਾਰ ਵਿੱਚ ਵੇਚ ਦਿੰਦੇ, ਭਗਤ ਗਿਰੀ ਆਪਣਾ ਗੁਜ਼ਾਰਾ ਕਰਦਾ, ਨਾਲੇ ਚੇਲਿਆਂ ਦਾ ਗੁਜ਼ਾਰਾ ਹੋ ਜਾਂਦਾ। ਉਹ ਕਿਤੇ ਜਿਹੜਾ ਪੱਥਰ ਸੀ, ਹੀਰਾ ਸੀ ਜਾਂ ਪਾਰਸ ਸੀ, ਉਹ ਮਾਰਾ ਦੇ ਕਿਤੇ ਉੱਥੇ ਧੂਣੇ 'ਤੇ ਰਹਿ ਗਿਆ। ਭਗਤ ਗਿਰੀ ਨੇ ਜਦੋਂ ਦੇਖਿਆ ਹੈ ਨਹੀਂ, ਅਤੇ ਮਹਾਰਾਜ ਕਹਿੰਦੇ ਭਗਤ ਗਿਰੀ ਉਹਨੀ ਪੈਰੀ ਮੁੜ ਕੇ ਚੇਲਿਆਂ ਨਾਲ ਲੈ ਕੇ ਮਹਾਰਾਜ ਕੋਲ ਆ ਗਿਆ। ਕਹਿੰਦਾ ਮਹਾਰਾਜ ਦੱਸੇ ਤਾਂ ਹੈ ਨਾ ਮਹਾਰਾਜ ਨੂੰ ਵੀ ਮੇਰੀ ਕੋਈ ਚੀਜ਼ ਗੁਆਚ ਗਈ, ਕਿਉਂਕਿ ਸਾਧੂ ਸੀ, ਸੰਤ ਸੀ। ਮਹਾਰਾਜ ਕਹਿੰਦੇ ਭਗਤ ਜੀ ਕੀ ਗੱਲ ਹੋਈ, ਕੀ ਲੱਭਦੇ ਹੋ? ਕਹਿੰਦਾ ਮਹਾਰਾਜ ਕੁਛ ਨਹੀਂ, ਵੈਸੇ ਹੀ ਦੇਖਦਾ, ਕਿਉਂਕਿ ਮਹਾਰਾਜ ਦਾ ਅੰਤਰਜਾਮੀ। ਮਹਾਰਾਜ ਕਹਿੰਦੇ ਉਹ ਭਾਈ ਉਹ ਕਿਤੇ ਪੱਥਰ ਦਾ ਟੁਕੜਾ ਤਾਂ ਨਹੀਂ ਲੱਭ ਰਿਹਾ, ਇੱਥੇ ਚਮਕਦਾ ਜਿਹਾ ਇੱਕ ਪਿਆ ਸੀ। ਕਹਿੰਦਾ ਹਾਂਜੀ ਹਾਂਜੀ ਮਹਾਰਾਜ ਉਹੋ ਹੀ ਲੱਭ ਰਿਹਾ। ਮਹਾਰਾਜ ਸ਼੍ਰੀ ਚੰਦ ਹੱਸ ਕੇ ਕਹਿੰਦੇ ਕਹਿੰਦੇ ਉਹ ਤਾਂ ਅਸੀਂ ਇੱਦਾਂ ਕੀਤਾ, ਉਹ ਪੱਥਰ ਦਾ ਟੁਕੜਾ ਚੱਕ ਕੇ ਅਸੀਂ ਤਾਂ ਮਾਰਿਆ ਸਮੁੰਦਰ 'ਚ, ਵੀ ਸਾਡੇ ਦਰਿਆ ਵਿੱਚ ਮਾਰਿਆ ਚੱਕ ਕੇ, ਵੀ ਸਾਡੇ ਕਿਸ ਕੰਮ ਦਾ, ਸਾਨੂੰ ਕੀ ਪਤਾ ਸੀ ਤੇਰਾ। ਇੰਨੀ ਗੱਲ ਜਦੋਂ ਮਹਾਰਾਜ ਨੇ ਆਖੀ, ਉਹ ਭਗਤ ਗਿਰੀ ਜਿਹੜਾ ਨਾਮ ਜਪਦਾ ਮਾਂ ਦਾ ਰੋਣ ਲੱਗ ਪਿਆ, ਧਾਹਾਂ ਮਾਰ ਕੇ ਰੋਣ ਲੱਗਾ। ਮਹਾਰਾਜ ਸ਼੍ਰੀ ਚੰਦ ਕਹਿੰਦੇ ਉਹ ਸਾਧ ਹੋ ਕੇ ਰੋਈ ਜਾਂਦਾ, ਕੀ ਗੱਲ ਹੋਈ, ਕੀ ਇੰਨਾ ਪਿਆਰ ਸੀ ਉਹਨਾਂ? ਕਹਿੰਦਾ ਮਹਾਰਾਜ ਤੁਹਾਨੂੰ ਕੀ ਪਤਾ, ਉਹੀ ਤਾਂ ਮੇਰਾ ਗੁਜ਼ਾਰਾ ਸੀ, ਉਹਨਾਂ ਦਾ ਰੋਟੀ ਪਾਣੀ ਮੇਰਾ ਚੱਲਦਾ ਸੀ, ਉਹਨਾਂ ਦਾ ਚੇਲੇ ਲੰਗਰ ਖਾਂਦੇ ਸੀ, ਹੁਣ ਮੇਰੇ ਕੋਲ ਜਦ ਉਹ ਨਾ ਰਹੂੰਗਾ, ਮੇਰੇ ਤੋਂ ਤਾਂ ਦਿਹਾੜੀਆਂ ਵੀ ਨਹੀਂ ਮਹਾਰਾਜ ਹੋਣੀਆਂ। ਅਤੇ ਮਹਾਰਾਜ ਕਹਿੰਦੇ ਜਿਹੜੇ ਬੰਦਗੀ ਕਰਦੇ ਉਹਨਾਂ ਨੂੰ ਮੰਗਣ ਦੀ, ਉਹਨਾਂ ਨੂੰ ਚੇਲੇ ਰੱਖਣ ਦੀ ਲੋੜ ਨਹੀਂ ਪੈਂਦੀ, ਦੁਨੀਆਂ ਤਾਂ ਮਗਰ ਮਗਰ ਫਿਰਦੀ ਲੱਭਦੀ। ਜਿਸ ਵੇਲੇ ਮਹਾਰਾਜ ਕਹਿੰਦੇ ਉਹ ਦਰਿਆ ਵਿੱਚ ਚੱਕ ਕੇ ਮਾਰਿਆ, ਭਗਤ ਗਿਰੀ ਰੋਵੇ, ਉਹ ਮਹਾਰਾਜ ਕਹਿੰਦੇ ਰੋ ਨਾ, ਚੁੱਪ ਕਰ, ਇੱਦਾਂ ਕਰ, ਤੂੰ ਜਿਹੜਾ ਉਹ ਪੱਥਰ ਹੈ, ਜਿਹੜੀ ਤੇਰੀ ਚੀਜ਼ ਸੀ, ਉਹ ਵਧੀਆ ਕੀਮਤੀ ਤੂੰ ਪਛਾਣ ਲਊਂਗਾ ਉਹਦੇ ਵਿੱਚੋਂ, ਦਰਿਆ ਵਿੱਚੋਂ? ਕਹਿੰਦਾ ਹਾਂਜੀ ਮਹਾਰਾਜ ਮੈਂ ਪਛਾਣ ਲਊਂ। ਕਹਿੰਦੇ ਪਛਾਣ ਕੇ ਕੱਢ ਲਈ। ਮਹਾਰਾਜ ਭਗਤ ਗਿਰੀ ਨੂੰ ਦਰਿਆ ਦੇ ਕਿਨਾਰੇ ਚਲ ਗਏ ਲੈ ਕੇ, ਅਤੇ ਮਹਾਰਾਜ ਉੱਥੇ ਖੜ੍ਹੇ ਹੋ ਕੇ ਕਹਿੰਦੇ ਮਾਰ ਨਿਗਾ ਦਰਿਆ ਵਿੱਚ, ਜਿਹੜਾ ਤੇਰਾ ਉਹ ਟੁਕੜਾ ਸੀ, ਜੋ ਪਾਰਸ ਸੀਗਾ ਜਾਂ ਹੀਰਾ ਸੀ, ਦੇਖ ਤਾਂ ਲੱਭ। ਜਦੋਂ ਭਗਤ ਗਿਰੀ ਨੇ ਤਾਂ ਧੌਣ ਚੱਕੀ, ਅੱਖਾਂ ਚੱਕੀਆਂ, ਕੀ ਦੇਖਦਾ ਹੈ? ਸਾਰੇ ਦਰਿਆ ਵਿੱਚ
ਉਹਦੇ ਨਾਲ ਦੇ ਸਾਰਾ ਦਰਿਆ ਹੀਰਿਆਂ ਨਾਲ ਭਰਿਆ ਹੋਇਆ। ਭਗਤੀਗਿਰੀ ਦੇਖ ਕੇ ਹੈਰਾਨ ਪਰੇਸ਼ਾਨ, ਮਹਾਰਾਜ ਕਹਿੰਦੇ ਦੇਖ ਤੇਰਾ ਕਿਹੜਾ। ਮਹਾਰਾਜ ਦੇ ਚਰਨੀ ਪੈ ਗਿਆ, ਮਹਾਰਾਜ ਅੱਜ ਤੁਸੀਂ ਮੇਰੇ ਦਿਲ ਦਾ ਵਹਿਮ ਕੱਢ ਦਿੱਤਾ। ਜਿਹੜਾ ਸਾਧ ਬੰਦਗੀ ਕਰਦਾ, ਜਿਹੜਾ ਪ੍ਰਭੂ ਨਾਲ ਜੁੜਦਾ, ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਅਤੇ ਨਾਲ ਹੀ ਮਹਾਰਾਜ ਦੇ ਧੂਣੀ ਕੋਲ ਆਣ ਕੇ ਬੈਠ ਗਿਆ। ਮਹਾਰਾਜ ਕਹਿੰਦੇ, ਓਏ ਭਗਤਾ, ਉਹ ਹਿੰਗਲਾਜ ਦੇਵੀ ਦੇ ਦਰਸ਼ਨ ਕਰਨੇ, ਉਹ ਜਿਹੜੀ ਮਾਤਾ ਨੂੰ ਮੰਨਦਾ ਦਰਸ਼ਨ ਕਰਨੇ। ਕਹਿੰਦੇ ਮਹਾਰਾਜ ਕਰਾ ਦਿਓ। ਮਹਾਰਾਜ ਨੇ ਅਰਦਾਸ ਕੀਤੀ, ਮਹਾਰਾਜ ਨੇ ਬੁਲਾਇਆ, ਕਿਉਂਕਿ ਸਾਧੂਆਂ ਦੇ ਸਾਧ ਪਰਾਉਣੇ। ਬਾਬਾ ਸ਼੍ਰੀ ਚੰਦਰ ਮਹਾਰਾਜ ਨੇ ਹਿੰਗਲਾਜ ਦੇਵੀ ਨੂੰ ਕਿਹਾ, ਆਣ ਕੇ ਦਰਸ਼ਨ ਦੇਵੋ। ਮਾਤਾ ਨੇ ਆਣ ਕੇ ਭਗਤਗਿਰੀ ਨੂੰ ਦਰਸ਼ਨ ਦਿੱਤੇ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਭਗਤਗਿਰੀ ਨੇ ਪਾਈ ਜਾਰੀ, ਜੋਗੀ ਉਸਦੀ ਪੈਜ ਸਵਾਰੀ। ਬਾਬਾ ਸ਼੍ਰੀ ਚੰਦਰ ਮਹਾਰਾਜ ਦੀ ਪੈਜ ਰੱਖ ਲਈ, ਉਹਦੀ ਇੱਜ਼ਤ ਰੱਖੀ, ਉਹਦੀ ਪੱਤ ਰੱਖੀ, ਮਾਂ ਦੇ ਨਾਲ ਦਰਸ਼ਨ ਕਰਵਾ ਤੇ। ਤੇਰੇ ਰੰਗਾਂ ਦਾ ਭੇਤ ਨਾ ਪਾਇਆ, ਬਾਬਾ ਸ਼੍ਰੀ ਚੰਦ ਜੀ। ਬਾਬਾ ਸ਼੍ਰੀ ਚੰਦਰ ਮਹਾਰਾਜ ਨੇ ਜੱਤ ਸੱਤ ਰੱਖ ਕੇ ਦੁਨੀਆਂ ਤਾਰੀ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਗ੍ਰਸਥ ਵਿੱਚ ਰਹਿ ਕੇ ਦੁਨੀਆਂ ਤਾਰੀ। ਪਿਓ ਪੁੱਤ ਨੇ ਦੋਨਾਂ ਨੇ ਇੱਕੋ ਹੀ ਕੰਮ ਕੀਤਾ, ਕਿਸੇ ਨੂੰ ਗਲਤ ਰਸਤੇ ਨਹੀਂ ਪਾਇਆ, ਸਾਰਿਆਂ ਦਾ ਭਲਾ ਕੀਤਾ ਮਹਾਰਾਜ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਭਾਈ ਸਵਾਸ ਸਵਾਸ ਨਾਮ ਜਪੋ। ਫਿਰ ਬਾਬਾ ਸ਼੍ਰੀ ਚੰਦਰ ਮਹਾਰਾਜ ਜਾਂਦੇ, ਦਰਿਆ ਪਾਰ ਕਰਨਾ, ਬੇੜੀਆਂ ਲੈ ਕੇ ਜਿਹੜੇ ਖੜ੍ਹੇ ਪਾਰ ਕਰਨੇ ਨੂੰ, ਮਹਾਰਾਜ ਉਹਨੂੰ ਕਹਿੰਦੇ, ਸਾਨੂੰ ਪਾਰ ਲਾ ਦਿਓ, ਅਸੀਂ ਜਾਣਾ। ਅਤੇ ਮਹਾਰਾਜ ਦੀ ਸੋਹਣੀ ਸੂਰਤ ਦੇਖਿਓ, ਮਲਾਹ ਕਹਿੰਦੇ, ਮਹਾਰਾਜ ਬਹਿ ਜਾਓ, ਹਜੇ ਸਾਡਾ ਟਾਈਮ ਨਹੀਂ ਕਰਨਾ। ਤਾਂ ਮਹਾਰਾਜ ਦਾ ਦਰਸ਼ਨ ਸੀ, ਉਹਨੀ ਕਿ ਬੈਠ ਜਾਣਗੇ, ਕੁਝ ਚਿਰ ਇਹਨਾਂ ਦੇ ਦਰਸ਼ਨ ਕਰਾਂਗੇ, ਕੋਈ ਬਚਨ ਸੁਣਾਂਗੇ। ਮਹਾਰਾਜ ਕਹਿੰਦੇ, ਨਹੀਂ ਸਾਨੂੰ ਛੇਤੀ ਜਾਣਾ ਅਸੀਂ। ਮਲਾਹ ਕਹਿੰਦੇ, ਮਹਾਰਾਜ ਸਾਡਾ ਤੁਸੀਂ ਬਹਿ ਜਾਓ। ਮਲਾਹ ਨੇ ਜਦੋਂ ਜਿੱਦ ਕੀਤੀ ਕਿ ਸਾਡਾ ਟਾਈਮ ਨਹੀਂ, ਮਹਾਰਾਜ ਰੁਕ ਜਾਓ। ਮਹਾਰਾਜ ਜਿਹੜੇ ਪੱਥਰ 'ਤੇ ਖੜ੍ਹੇ ਸੀਗੇ, ਸ਼੍ਰੀ ਚੰਦਰ ਮਹਾਰਾਜ ਜਿਹੜੇ ਪੱਥਰ 'ਤੇ ਖੜ੍ਹੇ ਸੀ, ਮਹਾਰਾਜ ਨੇ ਉਸੇ ਪੱਥਰ ਨੂੰ ਅੱਡੀ ਮਾਰੀ। ਕਹਿੰਦੇ, ਚੱਲ ਭਾਈ ਤੂੰ ਹੀ ਤੁਰ, ਸਾਨੂੰ ਪਾਰ ਲਾ ਦੇ। ਮਲਾਹ ਦੇਖਦੇ ਨੇ ਸ਼੍ਰੀ ਚੰਦਰ ਮਹਾਰਾਜ ਪੱਥਰ 'ਤੇ ਖੜ੍ਹੇ ਹੋਏ ਨੇ, ਪੱਥਰ ਤਰਿਆ ਜਾਂਦਾ, ਰਾਵੀ ਤੋਂ ਪਾਰ ਗਿਆ। ਕੀ ਦੇਖਦੇ ਮਲਾਹ? ਜਿਸ ਪੱਥਰ ਤੋਂ ਮਹਾਰਾਜ ਉਤਰੇ ਨੇ, ਉਹ ਪੱਥਰ ਇਨਸਾਨ ਦੇ ਜਾਮੇ 'ਚ ਤਬਦੀਲ ਹੋਇਆ ਅਤੇ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ, ਨਮਸਕਾਰ ਕੀਤੀ, ਧੰਨਵਾਦ ਕੀਤਾ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦਾ। ਕਹਿੰਦੇ, ਮਹਾਰਾਜ ਖਰੇ ਕਿੰਨੇ ਜਨਮ ਹੋਰ ਮੈਂ ਭੁਗਣੇ ਸੀ 84 ਲੱਖ ਜੂਨ ਦੇ, ਤੁਸੀਂ ਮੇਰੇ ਉੱਪਰ ਚਰਨ ਰੱਖੇ ਅਤੇ ਮੈਨੂੰ ਮੁਕਤੀ ਮਿਲ ਗਈ। ਮਹਾਰਾਜ ਸ਼੍ਰੀ ਚੰਦਰ ਨੇ ਪੱਥਰਾਂ ਦੇ ਵਿੱਚ ਵੀ ਜੀਵਾਂ ਦੀ ਮੁਕਤੀ ਕਰ ਦਿੱਤੀ। ਅਤੇ ਮਹਾਰਾਜ ਕਹਿੰਦੇ, ਸਵਾਸ ਸਵਾਸ ਜਿਹੜਾ ਨਾਮ ਜਪਦਾ, ਜਿਹੜਾ ਬੰਦਗੀ ਕਰਦਾ, ਉਹਦੀ ਮੁਕਤੀ ਭਗਵਾਨ ਆਪ ਕਰ ਦਿੰਦੇ ਨੇ, ਉਹਦਾ ਦੁੱਖ ਸੁੱਖ ਭਗਵਾਨ ਆਪ ਕੱਟ ਦਿੰਦੇ ਨੇ। ਬਾਬਾ ਸ਼੍ਰੀ ਚੰਦਰ ਮਹਾਰਾਜ ਕੋਈ ਮਾਮੂਲੀ ਤਾਕਤ ਨਹੀਂ ਸੀ, ਮਹਾਰਾਜ ਨੇ ਸਾਰੀ ਜ਼ਿੰਦਗੀ ਵਿਰਾਗਮੇ ਜੀਵਨ, ਨਾ ਕਿਸੇ ਮੁਰੇ ਹੱਥ ਅੱਡਿਆ, ਜੋ ਵੀ ਮੰਗਿਆ ਕਿਸੇ ਨੇ, ਮਹਾਰਾਜ ਨੇ ਉਹ ਇੱਛਾ ਪੂਰੀ ਕੀਤੀ। ਮਹਾਰਾਜ ਨੇ ਕਿਸੇ ਨੂੰ ਵੀ ਆਪਣੇ ਦਰ ਘਰ ਤੋਂ ਖਾਲੀ ਨਹੀਂ ਮੋੜਿਆ। ਇਹ ਗੁਰੂ ਨਾਨਕ ਸਾਹਿਬ ਦਾ ਦਰ ਹੈ, ਇਹ ਸ਼੍ਰੀ ਚੰਦਰ ਭਗਵਾਨ ਜੀ ਦਾ ਦਰ ਹੈ। ਇੱਥੋਂ ਅੱਜ ਤੱਕ ਕੋਈ ਨਾ ਕੋਈ ਖਾਲੀ ਗਿਆ, ਨਾ ਕਿਸੇ ਨੇ ਜਾਣਾ ਹੈ। ਇਹ ਦੁਨੀਆਂ ਦੇ ਲੋਕੋ ਮਤ ਭੇਦ ਕੱਢ ਕੇ, ਨਫ਼ਰਤ ਈਰਖਾ ਛੱਡ ਕੇ, ਊਚ ਨੀਚ ਛੱਡ ਕੇ, ਵਹਿਮ ਭਰਮ ਛੱਡ ਕੇ, ਇੱਕ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਮੰਨੋ। ਧੰਨ ਗੁਰੂ ਸਾਹਿਬ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਣ ਗਾਵੋ, ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਗੁਣ ਗਾਵੋ, ਔਰ ਆਪਣਾ ਜੀਵਨ ਸਫਲਾ ਕਰੋ।
ਕਿਉਂਕਿ ਵਾਰ ਵਾਰ ਇਸ ਦੁਨੀਆਂ 'ਤੇ ਨਹੀਂ ਆਉਣਾ, ਵਾਰ ਵਾਰ ਇਨਸਾਨ ਦਾ ਜਾਮਾ ਨਹੀਂ ਮਿਲਦਾ। ਇਸ ਕਰਕੇ ਆਵੋ ਸਾਰੇ ਆਪਾਂ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਚਰਨਾਂ 'ਤੇ ਸੀਸ ਨਵਾਈਏ। ਤੇਰੇ ਰੰਗਾਂ ਦਾ ਭੇਤ ਨਾ ਪਾਇਆ, ਚੰਦ ਜੀ ਵਾ 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 ਧੰਨ ਬਾਬਾ ਸ਼੍ਰੀ ਚੰਦ ਜੀ।